ਪੰਜਾਬ ਸਰਕਾਰ ਕੋਲ ਟਿਕਟੌਕ ਸਟਾਰਾਂ ਲਈ ਪੈਸੇ ਤਾਂ ਹਨ ਪਰ ਸਾਡੇ ਲਈ ਨਹੀਂ। ਇਹ ਕਹਿਣਾ ਹੈ ਮੁੱਕੇਬਾਜ਼ੀ ਦੇ ਰਿੰਗ ਵਿੱਚ ਪੰਜਾਬ ਦਾ ਨਾਮ ਚਮਕਾ ਰਹੀ ਪੰਜਾਬ ਦੀ ਧੀ ਸਿਮਰਨਜੀਤ ਕੌਰ ਦਾ, ਜੋ ਹਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਸਰਕਾਰੀ ਨੌਕਰੀ ਦੇ ਵਾਅਦੇ ਦੇ ਜ਼ਮੀਨ ਤੇ ਉਤਰਨ ਦੇ ਇੰਤਜ਼ਾਰ ਵਿੱਚ ਹੈ, ਜੋ ਮੁੱਖ ਮੰਤਰੀ ਕੈਪਟਨ ਨੇ 5 ਮਹੀਨੇ ਪਹਿਲਾਂ ਕੀਤਾ ਸੀ ਪਰ ਹੁਣ ਲੱਗਦਾ ਭੁੱਲ ਪਲਾ ਚੁੱਕੇ ਹਨ। ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਤੋਂ ਬਾਅਦ ਜਨਵਰੀ ਮਹੀਨੇ 'ਚ ਸਿਮਰਨਜੀਤ ਕੌਰ ਨੇ ਆਪਣੇ ਘਰ ਦੀ ਬਦਹਾਲੀ ਮੀਡੀਆ ਨਾਲ ਸ਼ੇਅਰ ਕੀਤੀ ਸੀ। ਖਬਰ ਮੁੱਖ ਮੰਤਰੀ ਕੈਪਟਨ ਨੇ ਪੜ੍ਹੀ ਤਾਂ ਇੱਕ ਹੋਣ ਹਾਰ ਖਿਡਾਰਨ ਦੀ ਤ੍ਰਾਸਦੀ ਵੇਖ ਟਵਿੱਟਰ 'ਤੇ ਝੱਟ ਮਦਦ ਦਾ ਐਲਾਨ ਕਰ ਦਿੱਤਾ, ਪਰ ਟਵੀਟ ਕਰਨ 'ਚ ਮਾਹਿਰ ਮੁੱਖ ਮੰਤਰੀ ਇਹ ਭੁੱਲ ਗਿਆ ਕਿ ਵਾਅਦਾ ਕਰਕੇ ਪੂਰਾ ਵੀ ਕਰੀਦਾ ਹੈ। ਹਾਲਾਂਕਿ ਮੁੱਖ ਮੰਤਰੀ ਨੇ ਉਸ ਵੇਲੇ ਲਿਖਿਆ ਸੀ ਕਿ ਮੈਂ ਸੈਕਟਰੀ ਸਪੋਰਟਸ ਨੂੰ ਹੁਕਮ ਦਿੰਦਾ ਹਾਂ ਕਿ ਤੁਰੰਤ ਵੇਖਣ ਕਿ ਕੀ ਮਦਦ ਕੀਤੀ ਜਾ ਸਕਦੀ ਹੈ। ਪਤਾ ਨਹੀਂ ਸੈਕਟਰੀ ਨੇ ਮੁੱਖ ਮੰਤਰੀ ਦੀ ਗੱਲ ਸੁਣੀ ਨਹੀਂ ਜਾਂ ਸੁਣ ਕੇ ਅਣਗੌਲੀ ਕਰ ਛੱਡੀ, ਪਰ ਇਹ ਧੀ ਅੱਜ ਵੀ ਮਦਦ ਦੇ ਇੰਤਜ਼ਾਰ ਵਿੱਚ ਹੈ। ਹਾਲਾਂਕਿ ਮੀਡੀਆ 'ਚ ਉਸ ਵੇਲੇ ਉਸ ਦੀ ਘਰ ਦੀ ਬਦਹਾਲੀ ਵੇਖ ਕ੍ਰਿਕੇਟਰ ਹਰਭਜਨ ਸਿੰਘ ਅਤੇ ਕੇਂਦਰੀ ਮੰਤਰੀ ਕਿਰਨ ਰਿਜੀਜੂ ਨੇ ਮੀਡੀਆ ਦਾ ਧੰਨਵਾਦ ਕੀਤਾ ਸੀ ਕਿ ਉਹਨਾਂ ਨੇ ਉਸ ਦੇ ਸੰਘਰਸ਼ ਨੂੰ ਸਾਹਮਣੇ ਲਿਆਂਦਾ ਹੈ। ਸਿਮਰਨਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਹਾਲੇ ਤੱਕ ਸੂਬਾ ਸਰਕਾਰ ਵੱਲੋਂ ਕੋਈ ਮਦਦ ਨਹੀਂ ਮਿਲੀ। ਉਸ ਦਾ ਕਹਿਣਾ ਹੈ ਕਿ ਮੈਨੂੰ ਸਰਕਾਰੀ ਕੰਮ ਦੇ ਤੌਰ ਤਰੀਕਿਆਂ ਦਾ ਪਤਾ ਨਹੀਂ, ਮੈਨੂੰ 5 ਲੱਖ ਦੀ ਮਦਦ ਦਾ ਐਲਾਨ ਵੀ ਕੀਤਾ ਸੀ ਪਰ ਕਿਸੇ ਨੂੰ ਕੀ ਪਰਵਾਹ ਹੈ। ਟਿਕਟੌਕ ਸਟਾਰਾਂ ਨੂੰ ਤਾਂ ਸਰਕਾਰ ਵੱਲੋਂ ਸਮੇਂ-ਸਮੇਂ ਤੇ ਪੈਸੇ ਮਿਲ ਰਹੇ ਨੇ ਪਰ ਸਾਡੇ ਵਰਗਿਆਂ ਲਈ ਸਰਕਾਰ ਕੋਲ ਕੁਝ ਵੀ ਨਹੀਂ। ਰਿੰਗ 'ਚ ਵੱਡਿਆਂ ਨੂੰ ਚਿੱਤ ਕਰਨ ਵਾਲੀ ਇਹ ਬਾਕਸਰ ਸਰਕਾਰ ਦੇ ਲਾਰਿਆਂ ਤੋਂ ਹਾਰ ਟੁੱਟ ਚੁੱਕੀ ਹੈ। ਭਾਵੁਕ ਲਹਿਜੇ 'ਚ ਉਸਦਾ ਕਹਿਣਾ ਹੈ ਕਿ ਮੈਨੂੰ ਸਰਕਾਰੀ ਨੌਕਰੀ ਦਾ ਵੀ ਵਾਅਦਾ ਪੰਜਾਬ ਸਰਕਾਰ ਵੱਲੋਂ ਹੋਇਆ ਸੀ। ਮਾਰਚ ਮਹੀਨੇ ਜਦੋਂ ਮੈਂ ਮੁੱਖ ਮੰਤਰੀ ਨੂੰ ਮਿਲੀ ਸੀ ਤਾਂ ਉਹਨਾਂ ਨੇ ਵਾਅਦਾ ਕੀਤਾ ਸੀ, ਪਰ ਕੌਣ ਪਰਵਾਹ ਕਰਦਾ ਹੈ। ਉਹ ਹਮੇਸ਼ਾ ਇਹ ਕਿਉਂ ਚਾਹੁੰਦੇ ਹਨ ਕਿ ਅਸੀਂ ਅਥਲੀਟ ਉਹਨਾਂ ਤੋਂ ਭਿਖਾਰੀਆਂ ਵਾਂਗ ਮੰਗੀਏ। ਮੈਨੂੰ ਹਾਲੇ ਤੱਕ ਕੋਈ ਲਿਖਤੀ ਭਰੋਸਾ ਨਹੀਂ ਮਿਲਿਆ, ਮੈਨੂੰ ਹਾਲੇ ਤੱਕ ਇਸ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਕਿ ਵਾਅਦਾ ਸਿਰਫ ਵਾਅਦਾ ਸੀ ਜਾਂ ਪੂਰਾ ਵੀ ਹੋਣਾ ਸੀ। ਮੈਨੂੰ ਨੌਕਰੀ ਦੀ ਲੋੜ ਹੈ, ਘਰ ਦੀ ਹਾਲਤ ਇੰਨੀ ਚੰਗੀ ਨਹੀਂ। ਉਸਦਾ ਕਹਿਣਾ ਹੈ ਕਿ ਇੰਤਜ਼ਾਰ ਹੈ ਕਿ ਲੌਕਡਾਊਨ ਦੇ ਦੌਰ ਕਦੋਂ ਖਤਮ ਹੋਵੇਗਾ ਤਾਂ ਕਿ ਸਰਕਾਰ ਵੱਲੋਂ ਕੋਈ ਮਦਦ ਮਿਲੇ। ਸਿਮਰਨਜੀਤ ਕੌਰ ਲੁਧਿਆਣਾ ਦੇ ਪਿੰਡ ਚੱਕਰ ਦੀ ਰਹਿਣ ਵਾਲੀ ਹੈ। ਪਰਿਵਾਰ ਦੇ 5 ਮੈਂਬਰਾਂ ਦੀ ਜ਼ਿੰਮੇਵਾਰੀ ਉਸਦੇ ਸਿਰ ਤੇ ਹੈ, ਜਿਸ 'ਚੋਂ 2 ਭਰਾ, 1 ਵੱਡੀ ਭੈਣ ਤੇ 1 ਮਾਂ ਹੈ। ਉਸਦੇ ਪਿਤਾ ਦਾ 2018 'ਚ ਦੇਹਾਂਤ ਹੋ ਗਿਆ। ਉਸ ਤੋਂ ਬਾਅਦ ਪੂਰਾ ਪਰਿਵਾਰ ਸਿਮਰਨਜੀਤ ਕੌਰ 'ਤੇ ਨਿਰਭਰ ਹੈ। ਉਹ ਆਪਣੀ ਖੇਡ ਤੋਂ ਕਮਾਉਂਦੀ ਹੈ, ਉਹੀ ਪਰਿਵਾਰ ਨੂੰ ਖਵਾਉਂਦੀ ਹੈ। ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਸਿਮਰਨਜੀਤ ਕੌਰ ਬਾਰੇ ਲਿਖਿਆ ਹੈ ਕਿ ਸ਼ਾਇਦ ਸਵਾਲ ਸਵਾਲ ਹੀ ਰਹਿਣਗੇ, ਪਿੰਡ ਚੱਕਰ ਲੁਧਿਆਣਾ ਦੇ ਆਮ ਸਧਾਰਨ ਪਰਿਵਾਰ 'ਚੋਂ ਉੱਠ ਕੇ ਬਾਕਸਿੰਗ 'ਚ ਨਾਂ ਬਣਾਉਣ ਵਾਲੀ ਧੀ ਸਿਮਰਨਜੀਤ ਕੌਰ ਪੂਰੇ ਪੰਜਾਬ ਲਈ ਪ੍ਰੇਰਣਾ ਸਰੋਤ ਹੈ। ਜੇ ਅਜਿਹੇ ਸ਼ਾਈਨਿੰਗ ਬੱਚੇ ਵੀ ਕੁਝੀਆਂ ਸਰਕਾਰੀ ਨੀਤੀਆਂ ਦੇ ਸ਼ਿਕਾਰ ਹੋ ਕੇ ਮਾਨਸਿਕ ਤੇ ਆਰਥਿਕ ਪਰੇਸ਼ਾਨੀਆਂ ਵਿੱਚੋਂ ਨਿਕਲਣਗੇ ਤਾਂ ਪੰਜਾਬ ਲਈ ਖੇਡੇਗਾ ਕੌਣ? ਉਹ ਅੱਗੇ ਲਿਖਦੇ ਹਨ ਕਿ ਸਿਮਰਨਜੀਤ ਦਾ ਸਵਾਲ ਦਰੁਸਤ ਹੈ ਕਿ ਟਿਕਟੌਕੀਆਂ ਲਈ ਪੈਸੇ ਹਨ, ਖਿਡਾਰੀਆਂ ਲਈ ਨਹੀਂ। ਸ਼ਾਇਦ ਸਿਮਰਨਜੀਤ ਕੌਰ ਸਿਆਸਤ ਤੋਂ ਅਣਜਾਣ ਹੈ। ਸਰਕਾਰ ਤੇ ਸਿਆਸਤਦਾਨ ਪ੍ਰਚਾਰ ਦੇ ਆਦੀ ਹਨ ਤੇ ਭੋਲੇ ਪਾਲੇ ਟਿਕਟੌਕ ਸਟਾਰ ਉਹਨਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਲੁਕਾਉਣ ਦੇ ਕੰਮ ਆ ਰਹੇ ਹਨ। ਇਸ ਲਈ ਉਹਨਾਂ ਨੂੰ ਲੂਣ ਦੀ ਡਲੀ ਦੇਣ ਤੋਂ ਸਰਕਾਰਾਂ ਨੂੰ ਕੋਈ ਪਰਹੇਜ਼ ਨਹੀਂ। 24 ਸਾਲਾ ਇਹ ਬਾਕਸਰ ਫਿਲਹਾਲ ਪਟਿਆਲਾ ਦੇ ਨੈਸ਼ਨਲ ਕੈਂਪ 'ਚ ਤਿਆਰੀ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਮੇਰੀ ਤਿਆਰੀ ਪੂਰੇ ਜ਼ੋਰਾਂ 'ਤੇ ਹੈ, ਮੈਂ ਟੋਕੀਓ ਓਲੰਪਿਕ ਵਿੱਚ ਮੈਡਲ ਜਿੱਤਣਾ ਚਾਹੁੰਦੀ ਹਾਂ। ਉਸਦਾ ਕਹਿਣਾ ਹੈ ਕਿ ਮੈਂ ਵਿਹਲੇ ਸਮੇਂ ਡਰਾਇੰਗ ਸਮੇਤ ਸਿਲਾਈ ਦਾ ਕੰਮ ਕਰਦੀ ਹਾਂ ਅਤੇ ਮੇਰਾ ਸ਼ੌਂਕ ਹੈ, ਮੈਂ ਸਿਲਾਈ ਦਾ ਕੰਮ ਆਪਣੀ ਮਾਂ ਤੋਂ ਸਿੱਖਿਆ ਹੈ। ਮੇਰੀ ਮਾਤਾ ਜੀ ਮੈਨੂੰ ਹਮੇਸ਼ਾ ਮੋਟੀਵੇਟ ਕਰਦੇ ਹਨ, ਮੇਰਾ ਨਿਸ਼ਾਨਾ ਹੁਣ ਟੋਕੀਓ ਓਲੰਪਿਕ ਹੈ। ਸਿਮਰਨਜੀਤ ਕੌਰ ਨੇ 2018 ਵਿੱਚ 64 ਕਿਲੋ ਭਾਰ ਵਰਗ ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਬ੍ਰੌਂਜ ਮੈਡਲ ਜਿੱਤਿਆ ਸੀ। 2018 ਵਿੱਚ 60 ਕਿਲੋ ਟਰਾਇਲ ਦੌਰਾਨ ਸਰਤਾ ਦੇਵੀ ਤੋਂ ਹਾਰ ਗਈ ਸੀ, ਪਰ ਸਰਤਾ ਨੂੰ ਹਰਾ ਉਸਨੇ ਓਲੰਪਿਕ ਕੁਆਲੀਫਾਈ ਲਈ ਕੁਆਲੀਫਾਇਰ ਕੀਤਾ ਹੈ। ਤੇ ਅਮਾਨ ਵਿੱਚ ਹੋਈਆਂ ਏਸ਼ੀਅਨ ਓਸਿਆਨਾ ਕੁਆਲੀਫਾਇੰਗ ਇਵੈਂਟ 'ਚ ਟਰਾਇਲ ਕੱਢ ਉਮੀਦਾਂ ਬਰਕਰਾਰ ਰੱਖੀਆਂ ਹਨ, ਪਰ ਇਹ ਮੁੱਕੇਬਾਜ਼ ਕੁੜੀ ਸਰਕਾਰੀ ਸਿਸਟਮ ਦੀ ਲੇਟਲ ਟੀਪੀ ਤੋਂ ਖਫਾ ਹੈ। ਗਰੀਬੀ ਦੇ ਬਾਵਜੂਦ ਘਰ ਦੀਆਂ ਜ਼ਿੰਮੇਵਾਰੀਆਂ ਦਰਮਿਆਨ ਉਸਨੇ ਆਪਣੀ ਖੇਡ ਰਾਹੀਂ ਪੰਜਾਬ ਤੇ ਮੁਲਕ ਦਾ ਨਾਮ ਚਮਕਾਇਆ ਹੈ, ਤਾਂ ਹੁਣ ਸਰਕਾਰਾਂ ਦਾ ਵੀ ਇਸ ਤਰ੍ਹਾਂ ਦੇ ਹੋਣਹਾਰ ਖਿਡਾਰੀਆਂ ਦੀ ਬਾਂਹ ਫੜਨਾ ਫਰਜ਼ ਬਣਦਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ।